विनिंग पंजाब का स्पैशल प्रोग्राम देख रहे हो तुसी ते मैं हाँ लखविंदर सिंह मान लेके हाजिर हाँ पंजाब की राजनीति दियां कुछ बड़ियां ते अहम खबरां। सब तो पहला गलबात करांगे अज पंजाब दे विच चरणजीत चन्नी सरकार दे वलों बड़ा धमाका किया जा रहा है, जिमें कि उन्होंने ट्वीट आया सी कि वह 9 नवंबर को एक बड़ा ऐलान करनगे, की वह बड़ा ऐलान होगा उस बारे गलबात करांगे ते नाल ही नाल गलबात करांगे राम रहीम दे बारे जिन्हों के वलों कल एस आई टी के वलों उन्होंने 9 घंटे एक लंबी पुछगिछ की गई है, पुछगिछ के कड़े बड़े अहम खुलासे हुए हैं उस बारे गलबात करांगे ते नाल ही नाल गलबात करांगे संयुक्त किसान मोर्चे बारे जिन्होंने वलों मिशन पंजाब 2022 के तहत अपना पहला उम्मीदवार ऐलान दिता गया, किहड़ा उम्मीदवार है ते किहड़े हल्के दे विचों ये उम्मीदवार ऐलाना गया ते उम्मीदवार कौन है उस बारे भी गलबात करांगे। ते गलबात करन दे लई मेरे नाल जुड़े ने प्रोफेसर मनजीत सिंह अणकी साहब, सब तो पहला उन्हां दा स्वागत करांगे। अणकी साहब प्रोग्राम च स्वागत है जी। बहुत बहुत शुक्रिया जी। ਤੁਹਾਡੀ ਸਰ ਜੇਕਰ ਗੱਲ ਕਰੀਏ ਹੁਣ ਆਪਾਂ ਸਰਕਾਰ ਦੀ ਚੰਨੀ ਸਰਕਾਰ ਦੀ ਕਾਰਜਕਾਲ ਚ ਛੋਟਾ ਲੇਕਿਨ ਐਲਾਨ ਬਹੁਤ ਹੋ ਚੁੱਕੇ ਨੇ, ਉਹ ਜਦੋਂ ਵੀ ਕਹਿੰਦੇ ਨੇ ਵੀ ਮੈਂ ਐਲਾਨ ਕਰਾਂਗਾ ਵੱਡਾ ਐਲਾਨ ਕਰਾਂਗਾ ਤਾਂ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਹੁੰਦੀ ਹੈ ਕਿਉਂਕਿ ਉਹ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ, ਭਾਵੇਂ ਤੇਲ ਦੀ ਗੱਲ ਕਰੀਏ ਭਾਵੇਂ ਹੋਰ ਮੁੱਦਿਆਂ ਦੀ ਗੱਲ ਕਰੀਏ ਬਿਜਲੀ ਦੀ ਗੱਲ ਕਰੀਏ, ਉਹ ਜਦੋਂ ਐਲਾਨ ਕਰਦੇ ਨੇ ਤਾਂ ਰਾਹਤ ਮਿਲਦੀ ਹੈ। ਹੁਣ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਟਵੀਟ ਕੀਤਾ ਗਿਆ ਵੱਡਾ ਐਲਾਨ ਦੀ ਗੱਲ ਕੀਤੀ ਗਈ 9 ਨਵੰਬਰ ਨੂੰ, ਭਾਵ ਕਿ ਅੱਜ ਕੈਬਨਿਟ ਦੀ ਮੀਟਿੰਗ ਵੀ ਹੈ, ਕਿਹੜੀ ਰਾਹਤ ਦੇਖ ਰਹੇ ਹੋ ਲੋਕਾਂ ਦੇ ਲਈ ਵੀ ਕਿਹੜੀ ਰਾਹਤ ਅੱਜ ਉਹ ਲੈ ਕੇ ਆਉਣਗੇ ਕਿਉਂਕਿ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ 9 ਨਵੰਬਰ ਨੂੰ ਇੱਕ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਹੋਏਗੀ, ਕਿਵੇਂ ਦੇਖ ਰਹੇ ਹੋ ਇਹਨਾਂ ਇਸ ਬਿਆਨ ਨੂੰ, ਕਿਹੜੀ ਰਾਹਤ ਮਿਲਣ ਵਾਲੀ ਹੈ ਪੰਜਾਬ ਦੇ ਲੋਕਾਂ ਨੂੰ ਅੱਜ? ਮਾਨ ਸਾਹਿਬ ਇਸ ਤਰ੍ਹਾਂ ਹੈ ਕਿ ਜਦੋਂ ਦੀ ਚੰਨੀ ਸਰਕਾਰ ਹੋਂਦ ਵਿੱਚ ਆਈ ਹੈ ਔਰ ਹਰ ਹਫ਼ਤੇ ਉਹਨਾਂ ਵੱਲੋਂ ਕੈਬਨਿਟ ਮੀਟਿੰਗ ਜਿਹੜੀ ਕੀਤੀ ਜਾਂਦੀ ਹੈ ਔਰ ਕਈ ਵਾਰੀ ਕੈਬਨਿਟ ਮੀਟਿੰਗ ਨਾਲੋਂ ਨਾਲ ਹੀ ਕੀਤੀ ਗਈ ਔਰ ਹਰ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਉਹਨਾਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਐਲਾਨ ਕੀਤਾ ਜਾਂਦਾ, ਜਿਹੜੀਆਂ ਮੰਗਾਂ ਜਨ ਸਧਾਰਨ ਨਾਲ ਸੰਬੰਧਿਤ ਨੇ ਉਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਬਿਜਲੀ ਦੇ ਰੇਟ ਘੱਟ ਕਰਨ ਦੀ ਗੱਲ ਕਰ ਲਓ, ਪੈਟਰੋਲ ਦੀਆਂ ਕੀਮਤਾਂ ਘੱਟ ਕਰਨ ਦੀ ਗੱਲ ਕਰ ਲਓ, ਇਹੋ ਜਿਹੇ ਮੁੱਦੇ ਚੰਨੀ ਸਰਕਾਰ ਨੇ ਨਿਰਸੰਦੇਹ ਹੱਲ ਕੀਤੇ ਆ, ਸ਼ਲਾਘਾ ਕਰਨੀ ਬਣਦੀ ਆ ਕਿਉਂਕਿ ਰਾਹਤ ਤਾਂ ਜਿਸ ਤਰ੍ਹਾਂ ਦੀ ਵੀ ਹੋਵੇ ਪਰ ਕੀ ਇਹ ਰਾਹਤ ਲੰਮਾ ਸਦੀ ਵੀ ਹੈ, ਇਹ ਵੀ ਇੱਕ ਪ੍ਰਸ਼ਨ ਚਿੰਨ੍ਹ ਲੱਗਦਾ ਜਿਹਦੇ ਸੰਬੰਧੀ ਨਵਜੋਤ ਸਿੱਧੂ ਨੇ ਗੱਲ ਕੀਤੀ। ਚਲੋ ਉਹ ਗੱਲ ਇੱਕ ਵੱਖਰਾ ਇਸ਼ੂ ਆ, ਗੱਲ ਤੁਸੀਂ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਅੱਜ ਦਾ ਪੁੱਛਿਆ ਕਿ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਵੱਡਾ ਐਲਾਨ ਕੀ ਹੋ ਸਕਦਾ? ਦੇਖੋ ਦੋ ਐਲਾਨ ਜਿਹੜੇ ਨੇ ਇਸ ਵੇਲੇ ਚੰਨੀ ਸਰਕਾਰ ਦੇ ਰਡਾਰ 'ਤੇ ਨੇ ਜਾਂ ਮੁੱਖ ਏਜੰਡੇ 'ਤੇ ਨੇ, ਇੱਕ ਤਾਂ ਹੈਗਾ ਮਾਈਨਿੰਗ ਦਾ ਮੁੱਦਾ, ਮਾਈਨਿੰਗ ਦੇ ਇਸ ਸੰਬੰਧ ਦੇ ਵਿੱਚ ਰੇਤਾ ਜਿਹੜੀ ਹੈ ਸਸਤੀ ਕਰਨ ਦੀ ਗੱਲ ਹੋ ਸਕਦੀ ਹੈ, ਪਰ ਇਹਦੇ ਨਾਲ ਹੀ ਨਾਲ ਮਾਈਨਿੰਗ ਦੇ ਮੁੱਦੇ ਮਾਈਨਿੰਗ ਜਾਂ ਰੇਤ ਦਾ ਜਿਹੜਾ ਮੁੱਦਾ ਇੱਕ ਵੱਖਰਾ ਮੁੱਦਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਮਾਈਨਿੰਗ ਦੀਆਂ ਕੀਮਤਾਂ ਉਹਨੂੰ ਨਿਰਧਾਰਤ ਕਰਨਾ ਜਾਂ ਕਿਸ ਤਰੀਕੇ ਦੀ ਗੱਲਬਾਤ ਕਰਨੀ ਉਹ ਇੱਕ ਹੋਰ ਤਰੀਕੇ ਦਾ ਮੁੱਦਾ, ਪਰ ਉਸਦੇ ਨਾਲ ਹੀ ਜਿਹੜਾ ਇੱਕ ਮਹੱਤਵਪੂਰਨ ਮੁੱਦਾ ਹੈ ਚੰਨੀ ਸਰਕਾਰ ਵਾਸਤੇ ਔਰ ਜਿਹੜੀ ਪਿਛਲੇ ਬੜੇ ਲੰਮੇ ਸਮੇਂ ਤੋਂ ਲੋਕ ਉਸ ਮੁੱਦੇ ਵੱਲ ਵੇਖ ਰਹੇ ਨੇ ਉਹ ਹੈਗਾ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ, ਕਿਉਂਕਿ ਪਿਛਲੇ ਸਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਹਦੇ ਵਿੱਚ ਤ੍ਰਿਪਰਜਿੰਦਰ ਸਿੰਘ ਬਾਜਵਾ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਜਿਨ੍ਹਾਂ ਨੇ ਇਹ ਐਲਾਨ ਕਰਨਾ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਕਰਨ ਵਾਸਤੇ ਕੁਝ ਫਾਰਮੂਲੇ ਤਿਆਰ ਕੀਤੇ ਸਨ ਕਿ ਜਿਨ੍ਹਾਂ ਦੀ 10 ਸਾਲ ਦੀ ਨੌਕਰੀ ਹੋਵੇਗੀ ਔਰ ਉਹ ਵਿਅਕਤੀ ਇੱਕ ਯੋਗ ਪ੍ਰਣਾਲੀ ਰਾਹੀਂ ਜਿਨ੍ਹਾਂ ਨੇ ਐਂਟਰ ਕੀਤਾ ਹੋਏਗਾ ਤਾਂ ਉਹਨਾਂ ਨੂੰ ਸਰਕਾਰ ਪਰਮਾਨੈਂਟ ਕਰੇਗੀ, ਪਰ ਨਾਲ ਹੀ ਘੁੰਡੀ ਵਿੱਚ ਉਹਦੇ ਇਹ ਰੱਖਦੀ ਕਿ ਇਹਨੇ ਜਿਹੜੇ 10-10 ਸਾਲ ਦੇ ਮੁਲਾਜ਼ਮ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰ ਫਿਰ 3 ਸਾਲ ਦੀ ਜਿਹੜੀ ਸ਼ਰਤ ਆ ਪ੍ਰੋਬੇਸ਼ਨ ਪੀਰੀਅਡ 'ਚ ਲੰਘਣਾ ਪਏਗਾ, ਮੁੜਲੀ ਤਨਖਾਹ 'ਤੇ 3 ਸਾਲ ਕੰਮ ਕਰਨਾ ਪਏਗਾ, ਕੁਝ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਉਸ ਜਿਹੜੀ ਟੀਮ ਜਿਹੜੀ ਬਣੀ ਜਾਂ ਕਮੇਟੀ ਜਿਹੜੀ ਬਣੀ ਉਹਨੇ ਇਹੋ ਜਿਹੀਆਂ ਸਿਫਾਰਿਸ਼ਾਂ ਕੀਤੀਆਂ ਸੀ, ਇਹ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੀ ਗੱਲ ਆ, ਪਰ ਉਹ ਜਿਸ ਤਰੀਕੇ ਨਾਲ ਹਮੇਸ਼ਾ ਹੀ ਬੂਰ ਦੀ ਕਦੀ ਪਿਆ ਉਦੋਂ ਵੀ ਇਹ ਗੱਲ ਕਰਨੀ ਕਿ ਅੱਜ ਕੈਬਨਿਟ ਦੀ ਮੀਟਿੰਗ ਸ਼ਾਇਦ ਅੱਜ ਐਲਾਨ ਹੋ ਜਾਏ ਸ਼ਾਇਦ ਅੱਜ ਐਲਾਨ ਹੋ ਜਾਏ, ਤਾਂ ਮਾਨ ਸਾਹਿਬ 15-15-20-20 ਸਾਲ ਹੋ ਚੱਲੇ ਆ ਲੋਕਾਂ ਨੂੰ ਇਸ ਤਰ੍ਹਾਂ ਧੱਕੇ ਖਾਂਦੇ ਆ ਅਤੇ ਕੋਈ ਐਲਾਨ ਹੋਇਆ ਨਹੀਂ, ਅਤੇ ਹੁਣ ਚੰਨੀ ਸਰਕਾਰ ਆਈ ਹੋਂਦ ਵਿੱਚ ਆਈ ਜਿਸ ਦਿਨ ਦਿਵਾਲੀ ਦੇ ਲਾਗੇ ਦਿਵਾਲੀ ਤੋਂ ਬਾਅਦ ਜਿਹੜੀ ਕੈਬਨਿਟ ਮੀਟਿੰਗ ਹੋਈ ਤਾਂ ਉਹਦੇ ਸੰਬੰਧੀ ਬਹੁਤ ਕੁਝ ਚਰਚਾਵਾਂ ਮੀਡੀਆ ਵਿੱਚ ਸਨ ਕਿ ਸ਼ਾਇਦ ਚੰਨੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਸਕਦੀ ਹੈ, ਪੈਟਰੋਲ ਦੀਆਂ ਕੀਮਤਾਂ ਘੱਟ ਕਰ ਸਕਦੀ ਹੈ, ਤਾਂ ਉਦਮ ਹੀ ਜਿਹੜਾ ਗੁਣਾ ਸੀ ਪੈਟਰੋਲ ਦੀਆਂ ਕੀਮਤਾਂ 'ਤੇ ਪਿਆ, ਕਿਉਂਕਿ ਪੈਟਰੋਲ ਦੀਆਂ ਕੀਮਤਾਂ ਵਧੀਆਂ ਸਨ, 10 ਰੁਪਏ ਸਰਕਾਰ ਨੇ ਪੈਟਰੋਲ ਤੋਂ ਔਰ 5 ਰੁਪਏ ਡੀਜ਼ਲ ਤੋਂ ਵੈਟ ਘਟਾਇਆ, ਸੈਂਟਰ ਸਰਕਾਰ ਨੇ ਵੀ ਹਟਾਇਆ 5 ਰੁਪਏ, ਪਰ ਉਸ ਦਿਨ ਇਹ ਵੀ ਚਰਚਾ ਸੀ ਕਿ ਸ਼ਾਇਦ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾ ਸਕਦਾ, ਪਰ ਉਸ ਦਿਨ ਨਹੀਂ ਹੋਇਆ। ਹੁਣ ਸਰਕਾਰ ਕੋਲ ਕੇਵਲ ਔਰ ਕੇਵਲ ਇੱਕੋ ਮੁੱਦਾ ਇਹ ਬਚਿਆ
ਜਿਹੜਾ ਬਹੁਤ ਵੱਡੇ ਵਰਗ ਨੂੰ ਰਾਹਤ ਪ੍ਰਦਾਨ ਕਰੇਗਾ। ਬਾਕੀ ਤਾਂ ਸਰਕਾਰਾਂ ਨੂੰ ਕਦੇ ਵੀ ਕੋਈ ਰਾਹਤਾਂ ਪ੍ਰਦਾਨ ਕਰਨਾ ਨਹੀਂ ਹੁੰਦੀਆਂ, ਕਿਉਂਕਿ ਅੱਜ ਤੁਸੀਂ ਇੱਕ ਵਰਗ ਨੂੰ ਖੁਸ਼ ਕਰਦੇ, ਜੇ ਕੱਲ੍ਹ ਨੂੰ ਦੂਜਾ ਵਰਗ ਤਿਆਰ ਹੋ ਜਾਂਦਾ, ਤੀਜਾ ਵਰਗ ਤਿਆਰ ਹੋ ਜਾਂਦਾ, ਕਿਉਂਕਿ ਲੋੜਾਂ ਸਮਾਜ ਦੇ ਵਿੱਚ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ, ਹਮੇਸ਼ਾ ਜਿਉਂਦੀਆਂ ਤਿਉਂ ਰਹਿੰਦੀਆਂ ਨੇ। ਪਰ ਖੈਰ, ਚੰਨੀ ਸਰਕਾਰ ਵੱਲੋਂ ਇਹ ਜਿਹਾ ਅਗਰ ਅੱਜ ਦਾ ਉਹਨਾਂ ਨੇ ਕਿਹਾ ਕਿ ਕੋਈ ਮਹੱਤਵਪੂਰਨ ਐਲਾਨ ਕੀਤਾ ਜਾਏਗਾ, ਇੱਕ ਵੱਡਾ ਐਲਾਨ ਕੀਤਾ ਜਾਏਗਾ, ਤਾਂ ਮੇਰਾ ਖਿਆਲ ਆ ਜਿੱਥੇ ਤੱਕ ਮੇਰੀ ਸਮਝ ਆ, ਔਰ 11 ਤਰੀਕ ਦੀ ਜਿਹੜੀ ਕੈਬਨਿਟ ਜਿਹੜਾ ਵਿਸਥਾਰ ਵਿਧਾਨ ਸਭਾ ਦੀ ਜਿਹੜਾ ਸੈਸ਼ਨ ਰੱਖਿਆ ਗਿਆ, ਉਹਦੇ ਵਿਚਕਾਰ ਇਹ ਜਿਹੜੇ 2 ਦਿਨ ਨੇ ਉਹ ਇਸੇ ਕੰਮ ਨੂੰ ਛੱਡੇ ਗਏ ਸਨ। ਮੈਂ ਉੱਧਰ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਹ ਛੁੱਟੀ ਦਾ ਪਰਪਜ ਤਾਂ ਹੀ ਕਿ ਅੱਜ ਦੇ ਦਿਨ ਕੁਝ ਮਹੱਤਵਪੂਰਨ ਐਲਾਨ ਕੀਤੇ ਜਾਣਗੇ, ਜਿਸ ਦਾ ਸੰਬੰਧੀ ਵਿਧਾਨ ਸਭਾ 'ਚ ਫਿਰ ਮਤਾ ਪੇਸ਼ ਕਰਕੇ ਪ੍ਰਵਾਨਗੀ ਲਈ ਜਾ ਸਕਦੀ ਆ। ਤਾਂ ਸ਼ਾਇਦ ਇਹੋ ਹੀ ਖਿਆਲ ਹੈ ਅੱਜ ਦਾ ਕਿ ਚੰਨੀ ਸਰਕਾਰ ਇਸ ਮੁੱਦੇ 'ਤੇ ਅੱਜ ਕੱਚੇ ਮੁਲਾਜ਼ਮ ਜਿਹੜੇ ਨੇ ਬੀਤੇ ਕੈਪਟਨ ਸਰਕਾਰ ਦੇ ਸਮੇਂ ਜਿਹੜੀ ਠੇਕਾ ਪ੍ਰਣਾਲੀ ਕੈਪਟਨ ਅਮਰਿੰਦਰ ਸਿੰਘ ਨੇ 2002 'ਚ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ, ਉਹਨੇ ਉਸ ਠੇਕਾ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਕਾਇਮ ਰੱਖਿਆ। 10 ਸਾਲ ਕਿਸੇ ਮੁਲਾਜ਼ਮ ਨੂੰ ਪੱਕਿਆ ਨਹੀਂ ਕੀਤਾ ਗਿਆ ਬਾਦਲ ਸਰਕਾਰ 'ਤੇ। ਹਾਲਾਂਕਿ ਜਦੋਂ ਬਾਦਲ ਸਰਕਾਰ ਜਾਣ ਵਾਲੀ ਸੀ, ਰਾਤ ਨੂੰ ਅਗਲੇ ਦਿਨ ਕੋਡ ਆਫ ਕੰਡਕਟ ਲਾਗੂ ਹੋਣਾ ਸੀ, ਅਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਆਪਣੇ ਆਪ ਨੂੰ ਬੜੇ ਪੰਥ ਅਤੈਸ਼ੀ ਪੰਜਾਬ ਅਤੈਸ਼ੀ ਪਤਾ ਨਹੀਂ ਕੀ ਕੁਝ ਕਹਿੰਦੇ ਆ, ਉਹਨਾਂ ਨੇ ਰਾਤ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ, ਅਤੇ ਰਾਤ ਨੂੰ ਨੋਟੀਫਿਕੇਸ਼ਨ ਨਹੀਂ, ਐਲਾਨ ਕਰਤਾ ਜੀ ਕੱਚੇ ਮੁਲਾਜ਼ਮ ਭਰਤੀ ਹੋਣਗੇ, ਅਤੇ ਸਵੇਰੇ ਕੋਡ ਆਫ ਕੰਡਕਟ ਲਾ ਕਰ ਉਹ ਸਾਰਾ ਮੁੱਦਾ ਠੰਡੇ ਬਸਤੇ 'ਚ ਬਹਿ ਗਿਆ। ਸਰਕਾਰਾਂ ਇਹੋ ਜਿਹੀ ਗੇਮ ਜਿਹੜੀ ਖੇਡਦੀਆਂ ਨੇ, ਜੇ ਵਾਕਿਆ ਹੀ ਉਹਨਾਂ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਨੇ ਕੱਚਿਆਂ ਮੁਲਾਜ਼ਮਾਂ ਨੂੰ ਪੱਕਿਆਂ ਕਰਨਾ ਹੁੰਦਾ, ਤਾਂ 2 ਦਿਨ ਪਹਿਲਾਂ ਵੀ ਉਹ ਇਹੋ ਜਿਹਾ ਬਿੱਲ ਪੇਸ਼ ਕਰ ਸਕਣ, ਪਰ ਕੀਤਾ ਕੱਖ ਨਹੀਂ ਸੀ। ਅੱਜ ਤੱਕ ਉਹਦੀ ਪੀੜ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਯਾਦ ਹੈਗੀ ਆ। ਅਤੇ ਜੇਕਰ ਚੰਨੀ ਸਰਕਾਰ ਵੀ ਹੁਣ ਚੋਣਾਂ ਦੇ ਵਿੱਚ ਕੋਡ ਆਫ ਕੰਡਕਟ ਲੱਗਣ ਦੇ ਵਿੱਚ, ਅੱਜ ਪੂਰਾ 1 ਮਹੀਨਾ ਰਹਿ ਗਿਆ ਜਾਂ 32 ਦਿਨ ਰਹਿ ਗਏ, 12 ਦਸੰਬਰ ਨੂੰ ਕੋਡ ਆਫ ਕੰਡਕਟ ਲੱਗ ਜਾਣਾ, ਅਤੇ ਜੇਕਰ ਚੰਨੀ ਸਰਕਾਰ ਵਾਕਿਆ ਹੀ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਵਰਗ ਨੂੰ, ਕਿਉਂਕਿ ਉਸ ਵਰਗ ਦੇ ਵਿੱਚ ਬੜੇ ਲੋਕ ਨੇ ਕਿ ਜਿਨ੍ਹਾਂ ਦੇ ਘਰ 'ਚ ਚੁੱਲ੍ਹੇ ਚੌਂਕੇ 10-10 ਹਜ਼ਾਰ 12-12 ਹਜ਼ਾਰ ਤਨਖਾਹਾਂ 'ਤੇ ਪਲਦੇ ਆ, ਤਾਂ ਮੇਰਾ ਨਹੀਂ ਖਿਆਲ ਇਸ ਤੋਂ ਵੱਡੀ ਰਾਹਤ ਜਿਹੜੀ ਆ ਇਹ ਪੰਜਾਬ ਦੇ ਇੱਕ ਵੱਡੇ ਵਰਗ ਨੂੰ ਹੋਵੇ ਜੇਕਰ ਚੰਨੀ ਸਰਕਾਰ ਅਜਿਹਾ ਐਲਾਨ ਕਰਦੀ ਹੈ। ਬਾਕੀ ਉਹ ਜੇ ਸ਼ਰਤਾਂ ਟਰਮ ਐਂਡ ਕੰਡੀਸ਼ਨਸ ਕੀ ਨੇ ਉਹ ਤਾਂ ਬਾਅਦ ਦਾ ਸਮਾਂ ਦੱਸੇਗਾ, ਪਰ ਜੇਕਰ ਇੱਕ ਇਹੋ ਜਿਹੀ ਰਾਹਤ ਪ੍ਰਦਾਨ ਕਰਦੀ ਆ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹੋ ਜਿਹਾ ਮਤਾ ਪੇਸ਼ ਕਰਦੀ ਆ ਜਾਂ ਅਜਿਹਾ ਐਲਾਨ ਕਰਦੀ ਆ, ਤਾਂ ਕੁਦਰਤੀ ਤੌਰ 'ਤੇ ਇਹ ਸ਼ਲਾਘਾਯੋਗ ਹੋਵੇਗਾ। ਪਰ ਉਹਦੇ ਵਿੱਚ ਇੱਦਾਂ ਦੀਆਂ ਸ਼ਰਤਾਂ ਨਾ ਹੋਣ ਕਿ ਉਹਨਾਂ ਮੁਲਾਜ਼ਮਾਂ ਨੂੰ ਫਿਰ 3-3 ਸਾਲ ਪ੍ਰੋਬੇਸ਼ਨ 'ਤੇ ਰਹਿਣਾ, ਮੁੱਢਲੀ ਤਨਖਾਹ 'ਤੇ ਕੰਮ ਕਰਨਾ, ਜਿਹਨਾਂ ਜਿਹਨਾਂ ਨੇ ਬੰਦੇ ਨੇ 15-15 ਸਾਲ ਪ੍ਰੋਬੇਸ਼ਨ ਹੀ ਕਰਦੇ ਰਹੇ, ਮਤਲਬ ਆਪਣਾ ਕੰਮ ਹੀ ਵਿਖਾਉਂਦੇ ਰਹੇ, ਅਤੇ ਅਜੇ ਵੀ 3 ਸਾਲ ਮੁੱਢਲੀ ਤਨਖਾਹ 'ਤੇ ਕੰਮ ਕਰਨਾ, ਤਾਂ ਉਹਨਾਂ ਚਿਰ ਨੂੰ ਤਾਂ ਕਈ ਲੋਕ ਉਹ ਵੀ ਹੋਣੇ ਆ ਜਿਹੜੇ ਉਮਰਾਂ ਵਿਹਾਰ ਚੁੱਕੇ ਹੋਣੇ ਆ, ਭਾਵ ਓਵਰਏਜ ਹੋ ਗਏ ਹੋਣੇ ਆ, ਤਾਂ ਉਹਨਾਂ ਦੀ ਕਿੰਨੀ ਕੁ ਸਰਵਿਸ ਬਚੂਗੀ। ਸੋ ਸਰਕਾਰ ਨੂੰ ਜੇਕਰ ਐਲਾਨ ਕਰਦਾ ਤਾਂ ਕੁਝ ਅਜਿਹੇ ਐਲਾਨ ਕਰਨੇ ਚਾਹੀਦੇ ਜਿਹੜੇ ਲੋਕ ਪੱਖੀ ਹੋਣ ਔਰ ਲੋਕਾਂ ਨੂੰ ਦੂਰ ਤੱਕ ਫਾਇਦਾ ਦੇਣ, ਅਤੇ ਲੋਕ ਚੰਨੀ ਸਰਕਾਰ ਨੂੰ ਯਾਦ ਰੱਖਣ। ਬਾਕੀ ਦੂਜਾ ਮੁੱਦਾ, ਜਿਸ ਤਰ੍ਹਾਂ ਤੁਸੀਂ ਰੇਤ ਦੇ ਮੁੱਦੇ ਦੀ ਗੱਲ ਕੀਤੀ ਹੈ, ਰੇਤ ਵੀ ਪੰਜਾਬ ਵਿੱਚ ਸੋਨੇ ਵਾਂਗੂ ਵਿਕਦੀ ਪਈ ਹੈ, ਅਤੇ ਜੇਕਰ ਚੰਨੀ ਸਰਕਾਰ ਇਸਨੂੰ ਸਸਤਾ ਕਰਦੀ ਹੈ, ਲੋਕਾਂ ਦੇ ਘਰ ਘਾਟ ਬਣਦੇ ਆ, ਤਾਂ ਇਹ ਵੀ ਲੋਕਾਂ ਨੂੰ ਇੱਕ ਵੱਡੀ ਰਾਹਤ ਦੇਣ ਵਾਲੀ ਗੱਲ ਹੋਏਗੀ। ਬਾਕੀ ਸਰਕਾਰਾਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ, ਦੂਜੇ ਪਾਸੇ ਜਿਹੜੇ PPC ਦੇ ਪ੍ਰਧਾਨ ਨੇ ਇਹ ਵੀ ਗੱਲ ਨਾਲ ਆ ਕਿ ਜੇ ਐਲਾਨ ਕਰਦੇ ਤਾਂ ਕੱਲ੍ਹ ਨੂੰ ਵੇਖੋ ਉਹਨਾਂ ਦਾ ਹੋਰ ਰਾਜ ਨਾਲ, ਉਹਨਾਂ ਨੇ ਆਪਣੀ ਸੁਰ ਜਿਹੜੀ ਆ ਉਹ ਉਸੇ 'ਤੇ ਰੱਖੀ ਆ ਕਿ ਜਿਹੜੇ 2 ਮਹੱਤਵਪੂਰਨ ਨੁਕਤੇ ਨੇ ਉਹਨਾਂ ਦੇ ਸੰਬੰਧੀ ਐਲਾਨ ਕਰੋ। ਹੁਣ ਕੈਬਨਿਟ ਦੀ ਮੀਟਿੰਗ 'ਚ ਇਹ ਫੈਸਲਾ ਤਾਂ ਮੇਰਾ ਖਿਆਲ ਨਹੀਂ ਹੋ ਸਕਦਾ ਜਦ ਤੱਕ ਮੇਰੀ ਸਮਝ ਆ ਕਿ AG ਨੂੰ ਅਸੀਂ ਬਰਖਾਸਤ ਕਰਦੇ ਹਾਂ ਅਤੇ DGP ਇਕਬਾਲਪ੍ਰੀਤ ਸਿੰਘ ਸੋਤੇ ਨੂੰ ਵੀ ਅਸੀਂ ਥੱਲੇ ਲਾ ਕੇ ਨਵਾਂ ਕਰਦੇ। ਮੇਰਾ ਜਦ ਤੱਕ ਆਪਣੀ ਸਮਝ ਆ, ਮੇਰਾ ਨਹੀਂ ਖਿਆਲ, ਇਹ ਤਾਂ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਆ ਜਿਹਦੇ ਵਿੱਚ ਉਹਨਾਂ ਨੂੰ ਕੈਬਨਿਟ ਦੀ ਸਲਾਹ ਲੈਣ ਦੀ ਲੋੜ ਨਹੀਂ ਆ, ਕਿਉਂਕਿ ਉਹ ਕਰ ਸਕਦੇ ਆ। ਬਾਕੀ ਅੱਜ ਦੀ ਮੀਟਿੰਗ ਦੇ ਵਿੱਚੋਂ ਠੀਕ 11-12 ਵਜੇ ਤੱਕ ਬਿੱਲੀ ਥੈਲੇ 'ਚੋਂ ਬਾਹਰ ਆ ਹੀ ਜਾਣੀ ਹੈ ਕਿ ਕੀ ਕੁਝ ਵਾਪਰਿਆ। ਜੀ ਮਾਨ ਸਾਹਿਬ, ਸੋ ਅਗਲੀ ਸਾਲ ਆਪਾਂ ਖਬਰ ਲਈ ਹੈ ਰਾਮ ਰਹੀਮ ਬਾਰੇ। ਰਾਮ ਰਹੀਮ ਜਿਹਨਾਂ ਤੋਂ ਕੱਲ੍ਹ SIT ਵੱਲੋਂ 9 ਘੰਟੇ ਲੰਮੀ ਪੁੱਛਗਿੱਛ ਕੀਤੀ ਗਈ, ਅਹਿਮ ਖੁਲਾਸੇ ਵੀ ਹੋਣ ਦੀ ਉਮੀਦ ਹੈ, ਕਿਉਂਕਿ ਉਹਨਾਂ ਵੱਲੋਂ 23 ਪੰਨਿਆਂ ਦੇ ਉੱਪਰ ਆਪਣੇ ਜੋ ਬਿਆਨ ਨੇ ਉਹ ਦਰਜ ਕੀਤੇ ਗਏ ਨੇ। SIT ਦੇ ਵੱਲੋਂ 23 ਪੰਨਿਆਂ ਦੀ ਇੱਕ ਲੰਮੀ ਚੌੜੀ ਬਿਆਨ ਲਿਖਾਏ ਗਏ ਨੇ ਰਾਮ ਰਹੀਮ ਦੇ ਵੱਲੋਂ। ਕੀ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੇਅਦਬੀ ਮਾਮਲੇ ਹੱਲ ਹੁੰਦੇ ਨਜ਼ਰ ਆਉਣਗੇ, ਕਿਉਂਕਿ ਇੱਕ ਲੰਮਾ ਟਾਈਮ 9 ਘੰਟੇ ਪੁੱਛਗਿੱਛ, ਪਹਿਲਾਂ ਤਾਂ ਇਹੀ ਕਿਆਸ ਰਹੇ ਸੀ ਵੀ ਹੋ ਸਕਦਾ ਹੈ ਸਰਕਾਰ ਵੱਲੋਂ ਪਰਮਿਸ਼ਨ ਨਾ ਮਿਲੇ, ਹਰਿਆਣਾ ਸਰਕਾਰ ਵੱਲੋਂ ਜਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਨਾ ਮਿਲੇ। ਆਪਾਂ ਸਵੇਰ ਦੇ ਕੱਲ੍ਹ ਪ੍ਰੋਗਰਾਮ 'ਚ ਇਸ ਬਾਰੇ ਗੱਲਬਾਤ ਵੀ ਕੀਤੀ ਸੀ, ਅਤੇ ਨਾਲ ਇਹ ਵੀ ਕਿਆਸ ਰਹੀਆਂ ਸੀ ਕੱਲ੍ਹ ਵੀ ਹੋ ਸਕਦਾ ਰਾਮ ਰਹੀਮ ਹੀ ਡਰਾਈ ਕਰ ਦੇਵੇ, ਉਹ ਸਹਿਯੋਗ ਨਾ ਦੇਵੇ, ਲੇਕਿਨ ਕੱਲ੍ਹ 9 ਘੰਟੇ ਲੰਮੀ ਮੁਲਾਕਾਤ ਚੱਲੀ ਆ, ਪੁੱਛਗਿੱਛ ਚੱਲੀ ਆ, ਉਹਦੇ ਵਿੱਚ 23 ਪੰਨੇ
जो कि खबर बाहर आई ने 23 बने तो 18 नवंबर तो पहला पहला परमार साहब के एक गल बयान से 18 नवंबर तो पहला पहला इन्होंने कोर्ट के पेश कर दिया जाएगा। की देख रहे हो बेअदबी उपर पंजाब सरकार की वड्डी जित, बेअदबी मामला हुण अपने अंत वल जाता हुआ दिख रहा है, भाव छेती ही ये बेअदबी मामले हल होते नजर आ रहे हैं, किवें देख रहे हो? देखो बेअदबी मामला अजे इन्नी छेती जेकर हल करन दी गल करी तां इन्नी जल्दी हल जिहड़ा हुंदा नज़र नहीं आता, अजे बड़े कानूनी दा पीच ने, अजे उहदे वकीलां ने बहुत कुछ इहो जिहा करना कि जिहड़ा शायद अपनी पंजाब सरकार दे चेते च भी ना हो। बाबा एड्डी जल्दी फंदे च फसण वाला नहीं, बाबे की यह खासियत, बाबे की बहुत कुछ, बाबे को एक मशीनरी है जी उसको अखीरले समा तक अखीरले दम तक बचाएगी। जेकर साधवियां के केस, वह बीबिया बलात्कार के केस, बाबे को 18 साल मुकदमा लड़ता छत्रपति केस के इन्ना कुछ टाइम तो बाद सजा होंगी है, तो बेअदबी का कांड तो जी 6-7 साल हो इन्नी जल्दी बाबा फसण वाला नहीं। पर खैर एस आई टी का ये जी कल की कार्रवाई है ये एक वधिया रही, जिस तरीके इन्नी आस ही नहीं कि हरियाणा सरकार उन्होंने जेल प्रशासन इजाजत देगा, पर क्योंकि अदालत भी जिद्द इनवॉल्व से तो कुदरती तौर पर एक फर्क पाया। हुण तुसीं 23 पन्ने की गल की, बाबे नूं जिहड़े सवाल से वह हार्डली जिस तरह कहिंदे ने कि कोई 25 या 26 सवाल से, पर बाबे नूं 140 सवाल जिहड़े वह पुछे गए और बाबे ने ज़्यादातर सवालों का गोल बोल जवाब दिता और उस गल तो उस साह मुकर गया जिद उस पूछा गया कि उस जी कमेटी से जिन्हें गुरु बरजवास सिंह वाला तो गुरु ग्रंथ साहब का पावन स्वरूप जरा चोरी किया और बाद चेत भी, तो वो पिछे जी कमेटी से कि उसनों निर्देश जोड़े तुम दिते ही जो सूत्रों तो जानकारी आई है, बाबा ने सारी जिम्मेवारी उस कमेटी पर सुट दी, क्या कि ये संबंधी मैं कोई नहीं पता, ये चारा सारा फैसला ही ये उस कमेटी का अपना से जिद महेंद्रपाल बिट्टू मारिया जा चुका उस कमेटी की गल। सो कह रहा था कि बाबे ने अपना पला जरा पूर्ण तौर पर झाड़िया और बहुत सारे सवालों का जवाब उन्हें गोल गोल देने की कोशिश की, 9 घंटे के करीब जी है ये पुछगिछ बाबे की चली और ये 9 घंटे की पुछगिछ के दौरान बाबे के चेहरे पर कहते पसीना जरा आता रहा, घबराया रहा, बाबे ने कुछ खादा कुछ नहीं, जो एस आई टी टीम ने ब्रेकफास्ट जा चाह या दुध उत्थे पीता, पर बाबे ने बाबा तो चलो की कहना राम रहीम ने मतलब कोई भी यहोजी जी चीज़ है उत्थे नहीं ली, घबराया रहा चेहरे पर उसते जरा असं कह सकते एक परेशानी एक बेचैनी दिसी, पर उसने टीम असं कहने गलबात की 9 घंटे के करीब गलबात चली पर ज़्यादातर सवालों का उन्हें गोल बोल जवाब दिता। बाकी यह भी गल एक पिछे जे चर्चावान का विषय से कि जिस तरीके कहें कि बाबे की दाढ़ी चिट्टी हो गई और बाबे ने बकायदा तौर पर कलह मंगाने की मंग की कि मैं दाढ़ी जी डाई करनी है, तो यह भी अपुष्ट सूत्रों के अनुसार जो खबर साढ़े तक पहुंचिया ने कि बाबे को डाई दाढ़ी काली करने वास्ते समान जरा उज्या, तो जिस कारण वह सच्चे सबदे वाले साध अखौती साध की दाढ़ी जी वो काली सी, ये गल मतलब एक जनरल जानकारी है। तो कह अर्थ है कि आम तौर पर तो जेलों के मान साहब तुम पता ही आ, मेरा कहना मतलब यही नहीं कि तुम जेलों से जाते रहे जे जनरल की गल आप करते हैं कि जेल प्रशासन कभी भी किसी इन्नी इजाजत नहीं दिता कि तुम अपनी मन मर्जी की उत्थे दाढ़ी डाई कर दी है इस तरह कर लो इदा कर लो योजा कोई नहीं, पर जेकर राम रहीम ने विशेष सहूलत अंदर जेल प्रशासन वालों दी जाए तो इसका साफ अर्थ यह निकलता कि जेल प्रशासन च अजे भी ज हरियाणा सरकार के अजे भी पैंट हैगी है, बेशक वो सजा जाफ्ता मुजरम पर इसके बावजूद उसकी अप्रोच जी दूर तक हैगी है। बाकी प्रश्न जरा एस आई टी की बेअदबी ठीक है 18 नवंबर जांच तक मिली जानकारी कि 12 नवंबर तक उन्होंने कहा कि एक बार पुछगिछ राम रहीम की दोबारा हो सकती है और इस संबंधी जिनी भी रिपोर्ट जी हैगी हाई कोर्ट को कोर्ट मानयोग अदालत में पेश कर दी जाएगी। बाकी अदालतों का जरा न्याय प्रणाली है तो पता ही है भारत की न्याय प्रणाली कहो जी है, बड़ा लंबा समा लगता, पर हाँ ये असं कह सकते कि एक चंगा कदम आ जो गुरु ग्रंथ साहब की बेअदबी के दोषियों सजा दवाने वाल जी एस आई टीम दिया जोशिशा ने उन्होंने पूर पिया जिसकी शलाघा करनी बनती। बाकी अजे अगे अगे वेखो आगाज़ अच्छा है, अंजाम देखिए क्या होता है। जी मान साहब ਅਨਕੀ ਸਾਹਿਬ ਇੱਕ ਅਹਿਮ ਕੁਐਸਚਨ ਹੈ ਇੱਥੇ ਸ਼ਾਰਟ ਦੇ ਵਿੱਚ ਕਿਉਂਕਿ ਸਮੇਂ ਦੀ ਨਜਾਕ ਨੂੰ ਦੇਖਦੇ ਹੋਏ ਆਪ ਸ਼ਾਰਟ ਦੇ ਵਿੱਚ ਆਨਸਰ ਦੇਣਾ ਕੁਐਸਚਨ ਬਹੁਤ ਅਹਿਮ ਹੈਗਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਵ ਕਿ ਕਿਸਾਨਾਂ ਦੇ ਵੱਲੋਂ ਇੱਕ ਨਵਾਂ ਉਮੀਦਵਾਰ ਪਹਿਲਾ ਉਮੀਦਵਾਰ ਮਿਸ਼ਨ ਜਾਂ ਰੱਖਿਆ ਗਿਆ ਸੀ ਜੋ ਪੰਜਾਬ ਮਿਸ਼ਨ 2022 ਤਹਿਤ ਕਿਸਾਨਾਂ ਦੇ ਵੱਲੋਂ ਇੱਕ ਲਹਿਰ ਚਲਾਈ ਗਈ ਸੀ ਉਹਦੇ ਵੱਲੋਂ ਆਪਣਾ
ਇਲੈਕਸ਼ਨ ਦੇ ਲਈ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਗਿਆ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਤਰਖਾਣ ਮਾਜਰਾ। ਕਿਵੇਂ ਦੇਖ ਰਹੇ ਹੋ ਉਮੀਦਵਾਰ ਕਿਸਾਨਾਂ ਨੇ ਐਲਾਨ ਦਿੱਤਾ ਆਉਣ ਵਾਲੇ ਸਮੀਕਰਨ 2022 ਦੇ ਵਿੱਚ ਕਿਸਾਨਾਂ ਨੂੰ ਲੈ ਕੇ ਤੇ ਰਾਜਨੀਤੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਬਣਦੇ ਨਜ਼ਰ ਆਉਣੇ ਪੰਜਾਬ ਦੇ ਅੰਦਰ? ਦੇਖੋ ਗੁਰਦਾਮ ਸਿੰਘ ਚੂੜੀਮਲ, ਜਿਹੜਾ ਇਹ ਸੁਰਜੀਤ ਸਿੰਘ ਦੀ ਗੱਲ ਤੁਸੀਂ ਕਰ ਰਹੇ ਜੀ, ਮੇਰਾ ਖਿਆਲ ਕਿ ਸਭ ਤੋਂ ਵੱਡੀ ਜਿਹੜੀ ਇੱਕ ਗਲਤੀ ਹੈ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੁਰਦਾਮ ਸਿੰਘ ਚੂੜੀ ਨੇ ਜਿਹੜੀ ਕੀਤੀ ਹੈ, ਕਿਉਂਕਿ ਅਜੇ ਤੱਕ ਜਿਹੜਾ ਸੰਯੁਕਤ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ, ਉਹਨਾਂ ਵੱਲੋਂ ਕੋਈ ਵੀ ਅਜਿਹੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ ਕਿ ਅਸੀਂ ਚੋਣਾਂ ਲੜਦੀਆਂ ਕਿ ਨਹੀਂ ਲੜਦੀਆਂ। ਪਰ ਗੁਰਦਾਮ ਸਿੰਘ ਚੂੜੀ ਨੇ ਜੇਕਰ ਅਜਿਹਾ ਐਲਾਨ ਕੀਤਾ ਤਾਂ ਇਸ ਨੂੰ ਅਸੀਂ ਇੱਕ ਗਲਤੀ ਕਹਿ ਸਕਦੇ, ਮੇਰੀ ਆਪਣੀ ਸਮਝ ਦੇ ਅਨੁਸਾਰ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਸਮੁੱਚੇ ਦੇਸ਼ ਦੇ ਅੰਦਰ ਇੱਕ ਹਮਦਰਦੀ ਦਾ ਵਾਤਾਵਰਣ ਬਣਿਆ, ਜਿਹੜਾ ਸੰਯੁਕਤ ਕਿਸਾਨ ਮੋਰਚਾ ਬਲਬੀਰ ਸਿੰਘ ਰਾਜੇਵਾਲ ਜਾਂ ਉਹਨਾਂ ਦੇ ਸੰਦਰਭ 'ਚ, ਤਾਂ ਲੋਕ ਉਹਨਾਂ ਦੀ ਗੱਲ ਸੁਣਦੇ ਆ, ਲੋਕ ਉਹਨਾਂ ਦੀ ਗੱਲ ਮੰਨਦੇ ਆ, ਕਿਸਾਨਾਂ ਦੀ ਲੋਕ ਕਿਸਾਨਾਂ ਦੇ ਮਗਰ ਇੱਕ ਵਿਸ਼ਵਾਸ ਪ੍ਰਗਟ ਕਰਦੇ ਆ। ਅਤੇ ਜੇਕਰ ਗੁਰਦਾਮ ਸਿੰਘ ਚੂੜੀ ਵਰਗੇ ਵਿਅਕਤੀ ਨੇ ਇੱਕ ਬੰਦੇ ਨੂੰ ਉਮੀਦਵਾਰ ਐਲਾਨ ਦਿੱਤਾ, ਉਹ ਬੰਦਾ ਜਿਹੜਾ ਕਿਸੇ ਸਮੇਂ ਮਨਪ੍ਰੀਤ ਬਾਦਲ ਦਾ ਸਾਥੀ ਰਿਹਾ, PPA ਦਾ ਰਿਹਾ, ਔਰ ਉਸਨੂੰ ਤੁਸੀਂ ਉਮੀਦਵਾਰ ਦੇ ਰੂਪ 'ਚ ਐਲਾਨ ਦੇ ਜੇ, ਔਰ ਦੂਜੇ ਪਾਸੇ ਗੁਰਦਾਮ ਸਿੰਘ ਚੂੜੀ ਸੰਯੁਕਤ ਅਕਾਲੀ ਦਲ ਢੀਂਡਸਾ ਗਰੁੱਪ ਦੇ ਨਾਲ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਾਫੀ ਐਕਟਿਵ ਰਹੇ ਨੇ, ਤਾਂ ਇਹ ਜੇਕਰ ਤੁਸੀਂ ਰਾਜਨੀਤੀ 'ਚ ਕਦਮ ਰੱਖ ਲਿਆ ਤਾਂ ਫਿਰ ਕਿਸਾਨਾਂ ਦੀ ਜਿਹੜੀ ਹਮਾਇਤ ਹੈ ਉਹ ਥੋੜ੍ਹਾ ਉਹਨੂੰ ਖੋਰਾ ਜ਼ਰੂਰ ਲੱਗੇਗਾ, ਕਿਉਂਕਿ ਜਦੋਂ ਫਿਰ ਬੰਦਾ ਕੋਈ ਵੀ ਰਾਜਨੀਤੀ 'ਚ ਆ ਜਾਂਦਾ ਤਾਂ ਫਿਰ ਉਸਦਾ ਅੰਦੋਲਨ ਜਾਂ ਫਿਰ ਉਸਦੀ ਉਹ ਸ਼ਖਸੀਅਤਾਂ ਜਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਲੈ ਕੇ ਉਹ ਤੁਰੇ ਹੁੰਦੇ ਨੇ, ਉਹਨਾਂ 'ਤੇ ਪ੍ਰਸ਼ਨ ਚਿੰਨ੍ਹ ਲੱਗਣੇ ਸੁਭਾਵਿਕ ਨਹੀਂ, ਫਿਰ ਇਹ ਕਿਹਾ ਜਾਏਗਾ ਕਿ ਇਹ ਵੀ ਰਸ ਸੀ, ਭੁੱਖ ਸੀ ਜਿਹਦੇ ਅੰਦੋਲਨ ਦਾ ਨਾਮ ਜਿਹਨੂੰ ਦਿੱਤਾ ਗਿਆ ਔਰ ਲੈ ਗਏ। ਇਹ ਇਹੋ ਜਿਹੀ ਜਿਹੜੀ ਗਤੀਵਿਧੀ ਆ ਗੁਰਦਾਮ ਸਿੰਘ ਚੂਬੜੀ ਦੀ, ਇਹ ਕਿਸਾਨ ਅੰਦੋਲਨ ਨੂੰ ਢਾਹ ਲਾ ਗਈ, ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ, ਕਿਉਂਕਿ ਫਿਰ ਤੁਸੀਂ ਅੰਦੋਲਨ ਨਹੀਂ ਕਰ ਰਹੇ, ਫਿਰ ਤੁਸੀਂ ਸਿਆਸਤ ਕਰ ਰਹੇ ਜੇ, ਤਾਂ ਜਦੋਂ ਫਿਰ ਸਿਆਸਤ ਕਰਨੀ ਆ ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੇ ਫਿਰ ਬਖਸ਼ਣਾ ਨਹੀਂ, ਉਹਨਾਂ ਨੇ ਵੀ ਅਖੀਰ ਤੱਕ ਤੁਹਾਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ, ਔਰ ਉਸ ਕਲਾਵੇ ਦੇ ਵਿੱਚ ਲੈਣ ਲੱਗਿਆਂ ਫਿਰ ਤੁਹਾਡੇ ਪੋਤੜੇ ਜਿਹੜੇ ਨੇ ਫਿਰ ਵਿਰੋਧੀ ਪਾਰਟੀਆਂ ਨੇ ਫੁੱਲਣੇ ਆ। ਚੂੜੀ ਦਿਨ ਹਮੇਸ਼ਾ ਹੀ ਈਵਨ ਕਿ ਬਲਰਾਜ ਸਿੰਘ ਬਲਬੀਰ ਸਿੰਘ ਰਾਜੇਵਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਿੱਲੀ 'ਚ ਜਿਹੜੀ ਉਹਦੇ ਵੱਲੋਂ ਹਮੇਸ਼ਾ ਹੀ ਉਹ ਦੂਜੀ ਸਾਈਡ 'ਤੇ ਰਿਹਾ, ਗੁਰਦਾਮ ਸਿੰਘ ਚੂੜੀ ਦੀ ਮੈਂ ਗੱਲ ਕਰ ਰਿਹਾ। ਅਤੇ ਹਰਿਆਣੇ ਦੇ ਵਿੱਚ ਜਦੋਂ ਉਹਨਾਂ ਨੇ ਆਪ 'ਤੇ ਉਹਨਾਂ ਲੜੀਆਂ ਤਾਂ ਉਹਨੂੰ ਕੀ ਉਹਨਾਂ ਦੀ ਸਥਿਤੀ ਸੀ। ਸੋ ਇਹ ਇੱਕ ਫੈਸਲਾ ਮੈਂ ਕਹਿੰਦਾ ਕਿ ਬੜਾ ਕਾਹਲੀ 'ਚ ਲਿਆ ਗਿਆ ਫੈਸਲਾ ਗੁਰਦਾਮ ਸਿੰਘ ਚੂੜੀ ਉਹਨਾਂ ਦਾ ਹੈਗਾ, ਜਿਸ ਬੰਦੀ ਸੋਚ ਲੈਣਾ ਚਾਹੀਦਾ ਸੀ। ਬਾਕੀ ਜੇਕਰ ਜਿੱਤਣ ਵਾਲੀ ਤਾਂ ਗੱਲ ਬੜੀ ਦੂਰ ਦੀ ਹੈ, ਕਿਉਂਕਿ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੁੰਦੀਆਂ, ਅਤੇ ਇਹ ਜਿਹੜੇ ਕਿਸਾਨ ਵੀ ਦਿੱਲੀ ਮੋਰਚੇ ਜਾਂ ਪੰਜਾਬ 'ਚ ਤੁਰ ਹੈਗੇ ਨੇ ਬੈਠੇ ਨੇ, ਇਹ ਵੀ ਉਹਨਾਂ ਚਿਰ ਹੀ ਕਿਸਾਨ ਨੇ ਜਿੰਨਾ ਚਿਰ ਅੰਬਾਲੇ ਤੋਂ ਪਾਰ ਨਹੀਂ, ਜਦੋਂ ਉਦੋਂ ਐਨੋ ਆ ਜਾਂਦੇ ਆ, ਅੱਧੇ ਕਾਂਗਰਸੀ ਹੁੰਦੇ ਆ, ਅੱਧੇ ਅਕਾਲੀ ਹੁੰਦੇ ਆ, ਅੱਧੇ ਆਮ ਆਦਮੀ ਪਾਰਟੀ ਦੇ ਹੁੰਦੇ ਆ, ਤਾਂ ਨਰੋਲ ਜਿਹੜੇ ਕਿਸਾਨਾਂ ਵਾਲੀ ਗੱਲ ਜਿਹੜੀ ਹੈ ਨਾ ਪੰਜਾਬ 'ਚ ਆੜ ਕੇ ਨਹੀਂ ਹੁੰਦੀ। ਇਲੈਕਸ਼ਨ ਆ ਲੈਣ ਦਿਓ, ਤੁਸੀਂ ਵੇਖੋ ਕਿ ਬਿੱਲੀ ਕਿਸ ਤਰ੍ਹਾਂ ਪਟਾਰਾ ਕਿਸ ਤਰੀਕੇ ਨਾਲ ਖੁੱਲਦਾ। ਬਾਕੀ ਠੀਕ ਆ, ਗੁਰਦਾਮ ਸਿੰਘ ਚੂੜੀ ਹੁਣਾਂ ਨੇ ਜੇਕਰ ਆਪਣਾ ਉਮੀਦਵਾਰ ਖੜਾ ਕੀਤਾ ਤਾਂ ਉਹਨਾਂ ਨੂੰ ਸ਼ੁਭਕਾਮਨਾਵਾਂ, ਪਰ ਮੇਰੀ ਸਮਝ ਦੇ ਅਨੁਸਾਰ ਇਹ ਗੁਰਦਾਮ ਸਿੰਘ ਚੂੜੀ ਹੁਣਾਂ ਦੀ ਇੱਕ ਗਲਤੀ ਹੀ ਕਹੀ ਜਾ ਸਕਦੀ। ਇਹ ਨਹੀਂ ਸੀ ਇੰਨੀ ਜਲਦੀ ਹੋਣਾ ਚਾਹੀਦਾ, ਸੋਚ ਵਿਚਾਰ ਕੇ ਇਹ ਕਦਮ ਪੁੱਟਿਆ ਜਾਣਾ ਚਾਹੀਦਾ ਸੀ। ਜੀ ਮਾਨ ਸਾਹਿਬ, ਮਾਨ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਸਾਨੂੰ ਉਮੀਦ ਹੈ ਪ੍ਰੋਫੈਸਰ ਅਣਖੀ ਦੁਆਰਾ ਕੀਤੀ ਹੋਈ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਦਾ ਫਿਰ ਤੋਂ ਕੀਤਾ ਜਾਏਗਾ ਵਿਸ਼ਲੇਸ਼ਣ, ਉਹ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।